ਐਸ ਦੇ ਵੱਲੋਂ ਇੱਕ ਪਟਵਾਰੀ ਨੂੰ 25,000 ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਮੰਗ ਤਾਂ 30,000 ਦੀ ਕੀਤੀ ਗਈ ਸੀ ਪਰ ਸੌਦਾ 25,000 ਦੇ ਵਿੱਚ ਤੈਅ ਹੋਇਆ। ਸ਼ਿਕਾਇਤਕਰਤਾ ਬਲਦੇਵ ਸਿੰਘ ਦੇ ਵੱਲੋਂ ਵਿਜੀਲੈਂਸ ਨੂੰ ਸੂਚਨਾ ਦਿੱਤੀ ਗਈ ਤਾਂ ਪੂਰਾ ਪਲਾਨ ਬਣਾ ਕੇ ਇਸ ਭ੍ਰਿਸ਼ਟ ਪਟਵਾਰੀ ਨਰਜੀਤ ਸਿੰਘ ਨੂੰ ਕਾਬੂ ਕੀਤਾ ਗਿਆ। ਦੱਸਦੇ ਕਿ ਹੁਸ਼ਿਆਰਪੁਰ ਦੇ ਸ਼ਾਮ 84 ਦੇ ਵਿੱਚ ਡਿਊਟੀ ਕਰਦਾ ਸੀ। ਵਿਜੀਲੈਂਸ ਦੇ ਅਧਿਕਾਰੀ ਨੇ ਦੱਸਿਆ ਕਿ ਕੰਡਿਆਣਾ ਦੇ ਬਲਦੇਵ ਸਿੰਘ ਨੇ ਆਪਣੀ 5 ਕਨਾਲ ਜ਼ਮੀਨ ਦਾ ਤਬਾਦਲਾ ਆਪਣੇ ਗੁਆਂਢੀ ਮੇਵਾ ਸਿੰਘ ਦੇ ਨਾਮ ਤੇ ਕਰਵਾਉਣਾ ਸੀ ਤੇ ਉਸ ਵੱਲੋਂ ਦਸਤਾਵੇਜ਼ ਤਿਆਰ ਕਰਕੇ ਨਾਇਬ ਤਹਿਸੀਲਦਾਰ ਸ਼ਾਮ 84 ਪਾਸੋਂ ਮਾਰਕ ਕਰਵਾ ਕੇ ਕਰੀਬ 1 ਹਫ਼ਤਾ ਪਹਿਲਾਂ ਪਟਵਾਰੀ ਨਰਜੀਤ ਸਿੰਘ ਨੂੰ ਜ਼ਮੀਨ ਦਾ ਤਬਾਦਲਾ ਕਰਕੇ ਇੰਤਕਾਲ ਦਰਜ ਕਰਨ ਦੇ ਲਈ ਦਿੱਤੇ ਸਨ, ਜਿਸ ਬਦਲੇ ਪਟਵਾਰੀ ਵੱਲੋਂ 30,000 ਰਿਸ਼ਵਤ ਦੀ ਮੰਗ ਕੀਤੀ ਗਈ ਤਾਂ 25,000 ਦੇ ਵਿੱਚ ਸੌਦਾ ਤੈਅ ਹੋਇਆ। ਫਿਰ ਉਹ ਵਿਜੀਲੈਂਸ ਕੋਲ ਆਪਣੀ ਸ਼ਿਕਾਇਤ ਲੈ ਕੇ ਪਹੁੰਚ ਗਿਆ ਤਾਂ ਅੱਜ ਵਿਜੀਲੈਂਸ ਨੇ ਪੂਰਾ ਪਲਾਨ ਬਣਾ ਕੇ ਇਸ ਭ੍ਰਿਸ਼ਟ ਪਟਵਾਰੀ ਨਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਵਿਜੀਲੈਂਸ ਦੇ ਵੱਲੋਂ ਇੱਕ ਪਟਵਾਰੀ ਨੂੰ 25,000 ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਮੰਗ ਤਾਂ 30,000 ਦੀ ਕੀਤੀ ਗਈ ਸੀ ਪਰ ਸੌਦਾ 25,000 ਦੇ ਵਿੱਚ ਤੈਅ ਹੋਇਆ। ਸ਼ਿਕਾਇਤਕਰਤਾ ਬਲਦੇਵ ਸਿੰਘ ਦੇ ਵੱਲੋਂ ਵਿਜੀਲੈਂਸ ਨੂੰ ਸੂਚਨਾ ਦਿੱਤੀ ਗਈ ਤਾਂ ਪੂਰਾ ਪਲਾਨ ਬਣਾ ਕੇ ਇਸ ਭ੍ਰਿਸ਼ਟ ਪਟਵਾਰੀ ਨਰਜੀਤ ਸਿੰਘ ਨੂੰ ਕਾਬੂ ਕੀਤਾ ਗਿਆ। ਦੱਸਦੇ ਕਿ ਹੁਸ਼ਿਆਰਪੁਰ ਦੇ ਸ਼ਾਮ 84 ਦੇ ਵਿੱਚ ਡਿਊਟੀ ਕਰਦਾ ਸੀ। ਵਿਜੀਲੈਂਸ ਦੇ ਅਧਿਕਾਰੀ ਨੇ ਦੱਸਿਆ ਕਿ ਕੰਡਿਆਣਾ ਦੇ ਬਲਦੇਵ ਸਿੰਘ ਨੇ ਆਪਣੀ 5 ਕਨਾਲ ਜ਼ਮੀਨ ਦਾ ਤਬਾਦਲਾ ਆਪਣੇ ਗੁਆਂਢੀ ਮੇਵਾ ਸਿੰਘ ਦੇ ਨਾਮ ਤੇ ਕਰਵਾਉਣਾ ਸੀ ਤੇ ਉਸ ਵੱਲੋਂ ਦਸਤਾਵੇਜ਼ ਤਿਆਰ ਕਰਕੇ ਨਾਇਬ ਤਹਿਸੀਲਦਾਰ ਸ਼ਾਮ 84 ਪਾਸੋਂ ਮਾਰਕ ਕਰਵਾ ਕੇ ਕਰੀਬ 1 ਹਫ਼ਤਾ ਪਹਿਲਾਂ ਪਟਵਾਰੀ ਨਰਜੀਤ ਸਿੰਘ ਨੂੰ ਜ਼ਮੀਨ ਦਾ ਤਬਾਦਲਾ ਕਰਕੇ ਇੰਤਕਾਲ ਦਰਜ ਕਰਨ ਦੇ ਲਈ ਦਿੱਤੇ ਸਨ, ਜਿਸ ਬਦਲੇ ਪਟਵਾਰੀ ਵੱਲੋਂ 30,000 ਰਿਸ਼ਵਤ ਦੀ ਮੰਗ ਕੀਤੀ ਗਈ ਤਾਂ 25,000 ਦੇ ਵਿੱਚ ਸੌਦਾ ਤੈਅ ਹੋਇਆ। ਫਿਰ ਉਹ ਵਿਜੀਲੈਂਸ ਕੋਲ ਆਪਣੀ ਸ਼ਿਕਾਇਤ ਲੈ ਕੇ ਪਹੁੰਚ ਗਿਆ ਤਾਂ ਅੱਜ ਵਿਜੀਲੈਂਸ ਨੇ ਪੂਰਾ ਪਲਾਨ ਬਣਾ ਕੇ ਇਸ ਭ੍ਰਿਸ਼ਟ ਪਟਵਾਰੀ ਨਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ।